ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੇਸ਼ ਤੇ ਵਿਦੇਸ਼ ਦੀਆਂ ਸਰਬਤ ਸੰਗਤਾਂ ਤੋਂ ਆਪ ਜੀ ਤੱਕ ਲਾਈਵ ਪਹੁੰਚ ਰਿਹਾ ਹੈ। ਇਹ ਹੈ ਪਾਵਨ ਪਵਿੱਤਰ ਦਰਬਾਰ ਤਪ ਸਥਾਨ ਗੁਰਦੁਆਰਾ ਮੰਜੀ ਸਾਹਿਬ, ਜਿਸ ਪਾਵਨ ਪਵਿੱਤਰ ਦਰਬਾਰ ਨੂੰ ਪੰਜਾਂ ਤਖਤ ਸਾਹਿਬਾਨਾਂ ਨੇ ਆਪਣੇ ਦਰਬਾਰ ਦੇ ਨਾਲ ਜੋੜਦੇ ਹੋਏ ਇਹ ਸੇਵਾ ਬਖਸ਼ਿਸ਼ ਕੀਤੀ ਕਿ ਜਾ ਕੇ ਪੂਰੀ ਦੁਨੀਆ ਦੇ ਵਿੱਚ ਸਾਹਿਬੇ ਕਮਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਸੇ ਮਾਰਗ ਤੇ ਸਰਬਤ ਸੰਗਤਾਂ ਨੂੰ ਪ੍ਰੇਰਿਤ ਕਰਨ ਦਾ। ਅੱਜ ਪਹਿਲੀ ਹੋਲੀ ਦਾ ਮਹਾਨ ਦਿਹਾੜਾ ਹੈ ਔਰ ਇਸ ਪਾਵਨ ਪਵਿੱਤਰ ਦਰਬਾਰ ਤੇ ਸਰਬਤ ਸੰਗਤਾਂ ਹੁੰਮ ਹਮਾ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਮੱਥਾ ਟੇਕ ਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਹਨ। ਇਸ ਪਾਵਨ ਪਵਿੱਤਰ ਦਰਬਾਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ, ਜਿੱਥੇ ਆ ਕੇ ਸਰਬਤ ਸੰਗਤ ਨਮਨ ਕਰਦੀ ਹੈ, ਸਿਰ ਝੁਕਾਉਂਦੀ ਹੈ ਤੇ ਬਾਣੀ ਦੇ ਨਾਲ ਜੁੜਦੀ ਹੈ। ਗੁਰੂ ਸਾਹਿਬ ਦੀ ਜੋ ਮਰਿਆਦਾ ਪੂਰਨ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਇਸ ਪਾਵਨ ਪਵਿੱਤਰ ਦਰਬਾਰ ਦੀ ਮੈਨੇਜਮੈਂਟ ਗੁਰੂ ਘਰ ਦੇ ਨਾਲ ਸੰਗਤਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਤੇ ਤਮਾਮ ਸਰਬਤ ਸੰਗਤਾਂ ਨੂੰ ਦੇਸ਼ ਤੋਂ ਜਿਹੜੇ ਵਹਿਮਾਂ ਤੇ ਭਰਮਾਂ ਦੇ ਵਿੱਚ ਨੇ ਉਹਨਾਂ ਸਰਬਤ ਸੰਗਤਾਂ ਨੂੰ ਵਹਿਮਾਂ ਭਰਮਾਂ 'ਚੋਂ ਦੂਰ ਕਰਦੇ ਹੋਏ ਪ੍ਰੇਰਿਤ ਕਰਦੀ ਹੈ ਕਿ ਸਾਡਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਔਰ ਇਹੋ ਹੀ ਆਦੇਸ਼, ਇਹੋ ਹੀ ਸੰਦੇਸ਼ ਗੁਰੂ ਘਰ ਵਾਲੇ ਪਾਸੇ ਚੱਲਦਾ ਰਹਿੰਦਾ ਹੈ। ਆਓ ਸਾਰੇ ਇਸ ਮਹਾਨ ਪਾਵਨ ਪਵਿੱਤਰ ਦਰਬਾਰ ਦੀ ਸ਼ਰਨ ਲੈ ਕੇ ਨਤਮਸਤਕ ਹੋਈਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਬੋਲੇ ਸੋਨਿਹਾ, ਇਹ ਹੁਲਾਰ ਦੇ ਜਕਾਰੇ ਗੁਰਸਿੱਖੀ ਸਿਧਾਂਤ ਦੀ ਸ਼ੇਦ ਨੂੰ ਦਰਸਾਉਂਦੇ ਹਨ। ਆਓ ਇੱਕ ਵਾਰ ਫਿਰ ਜਕਾਰੇ ਦੀ ਸਾਂਝ ਪਾਈਏ। ਬੋਲੇ ਸੋਨਿਹਾ, ਬੋਲੇ ਸੋਨਿਹਾ, ਬੋਲੇ ਸੋਨਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।